ਤੇਰੂ ਸਿਆਰੀ ਮਨਾਉਣਾ ਪੈਰਾਂ ਦੇ ਵਿੱਚ ਬਣ ਘੁੰਗਰੂ ਉਹ ਬਣ ਕਮਲੀ ਮੈਂ ਖੁਦ ਨੂੰ ਨਚਾਉਣਾ ਬਣ ਕਮਲੀ ਮੈਂ ਖੁਦ ਨੂੰ ਨਚਾਉਣਾ ਪੈਰਾਂ ਦੇ ਵਿੱਚ ਬਣ ਘੁੰਗਰੂ ਮੈਂ ਤੇਰੂ ਸਿਆਰੀ ਮਨਾਉਣਾ ਪੈਰਾਂ ਦੇ ਵਿੱਚ ਬਣ ਖੁੰਗਰੂ ਅੱਖ ਲਾਲ ਸ਼ੌਂਕ ਘੋੜੀਆਂ ਦੇ ਪਾਲੇ ਕਿਵੇਂ ਖੇਡਗੇ ਨੀ ਮੇਰੇ ਨਾਲ ਆ ਕੇ ਮੇਰੇ ਸਾਲੇ ਜਿਹੜੇ ਨਿੱਤ ਨਿੱਤ ਫੀਲਿੰਗਾਂ 'ਚ ਰਹਿੰਦੇ ਨੇ ਜਿਹੜੇ ਤੇਰੇ ਨਾਲ ਫੀਲਿੰਗਾਂ 'ਚ ਰਹਿੰਦੇ ਨੇ ਦੇਖੀ ਕਿੰਨੀ ਦੇਰ ਮਚਾਉਂਦਾ ਵੇ ਕਹਿਰਨੀ ਤਾਂ ਹੀ ਆਖਦੇ ਤੂਫਾਨੀ ਮੈਨੂੰ ਜੱਟ ਕੁੜੀਏ ਸਭ ਤੋਂ ਪਹਿਲਾਂ ਜੀ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਵਾਂ ਗਾਣਾ ਰਿਲੀਜ਼ ਹੋਇਆ ਸੋ ਉਹਦੀਆਂ ਇੱਕ ਦੋ ਲਾਈਨਾਂ ਤੁਹਾਡੇ ਨਾਲ ਨਜ਼ਰ ਕਰਾਂਗਾ ਉਹ ਨਿੱਤ ਰਹਿੰਦੀ ਅੱਖ ਲਾਲ ਸ਼ੌਂਕ ਘੋੜੀਆਂ ਦੇ ਪਾਲੇ ਕਿਵੇਂ ਖੇਣਗੇ ਨੀ ਮੇਰੇ ਨਾਲ ਆ ਕੇ ਮੇਰੇ ਸਾਲੇ ਜਿਹੜੇ ਨਿੱਤ ਨਿੱਤ ਫੀਲਿੰਗਾਂ 'ਚ ਰਹਿੰਦੇ ਨੇ ਜਿਹੜੇ ਤੇਰੇ ਨਾਲ ਫੀਲਿੰਗਾਂ 'ਚ ਰਹਿੰਦੇ ਨੇ ਦੇਖੀ ਕਿੱਲੀ ਦੇਣੀ ਉਹਨਾਂ ਦੀ ਵੀ ਨੱਪ ਕੁੜੀਏ ਉਹ ਮੁੰਡਾ ਮੁੱਢ ਤੋਂ ਮਚਾਉਂਦਾ ਵੇ ਕਹਿਰਨੀ ਤਾਂ ਹੀ ਆਖਦੇ ਤੂਫਾਨੀ ਮੈਨੂੰ ਜੱਟ ਕੁੜੀਏ ਉਹ ਮੁੰਡਾ ਮੁੱਢ ਤੋਂ ਮਚਾਉਂਦਾ ਵੇ ਕਹਿਰਨੀ ਤਾਂ ਹੀ ਆਖਦੇ ਤੂਫਾਨੀ ਮੈਨੂੰ ਜੱਟ ਕੁੜੀਏ ਮੇਰੇ ਉਸਤਾਦ ਜੀ ਦਾ ਨਾਮ ਹੈਗਾ ਜੀ ਸੁਖਬੀਰ ਰਾਣਾ ਜੀ ਜਿਨ੍ਹਾਂ ਤੋਂ ਮੈਂ ਗਾਇਕੀ ਸਿੱਖਿਆ ਮੇਰੇ ਫਾਦਰ ਸਾਹਿਬ ਸਭ ਤੋਂ ਪਹਿਲਾਂ ਜਿਨ੍ਹਾਂ ਨੇ ਮੇਰਾ ਬਹੁਤ ਸਾਰਾ ਰਿਆਜ਼ ਕਰਾਇਆ ਬਚਪਨ ਦੇ ਵਿੱਚ ਉਦੋਂ ਬਾਅਦ 'ਚ ਮੈਂ ਬਕਾਇਦਾ ਆਪਣੇ ਉਸਤਾਦ ਜੀ ਦੇ ਨਾਲ ਉਸਤਾਦੀ ਸ਼ਾਗਿਰਦੀ ਕੀਤੀ ਸੁਖਬੀਰ ਰਾਣਾ ਜੀ ਦੇ ਨਾਲ ਇਹਨਾਂ ਦੋਨਾਂ ਦੀ ਬਦੌਲਤ ਕਰਕੇ ਮੈਂ ਅੱਜ ਇਸ ਮੁਕਾਮ ਤੱਕ ਪਹੁੰਚਿਆ ਕਿ ਲੋਕ ਮੈਨੂੰ ਜਾਣਦੇ ਨੇ ਜਿੰਨਾ ਵੀ ਤੁਸੀਂ ਪਿਆਰ ਦਿੰਦੇ ਹੋ ਸਿਰਫ ਉਹਨਾਂ ਦੀ ਬਦੌਲਤ ਹੈ ਜੀ ਭਾਜੀ ਮਾਰਕੀਟ ਦੇ ਵਿੱਚ ਹੁਣ ਤੱਕ ਤੁਹਾਡੇ ਕਿੰਨੇ ਪ੍ਰੋਜੈਕਟ ਆ ਚੁੱਕੇ ਆ ਬਾਕੀ ਤੁਹਾਡੇ ਕਿੰਨੇ ਟਰੈਕ ਆ ਚੁੱਕੇ ਮੇਰੇ 4 ਟਰੈਕ ਆ ਚੁੱਕੇ ਨੇ ਜੀ ਪਹਿਲਾਂ ਸੂਫੀ ਟਰੈਕ ਕੀਤਾ ਸੀਗਾ ਮੈਂ ਸੋਚਿਆ ਸੀਗਾ ਕਿ ਪਹਿਲਾਂ ਮਾਲਕ ਦੇ ਨਾਮ ਤੋਂ ਸਟਾਰਟ ਕਰਨਾ ਪਹਿਲਾਂ ਸੂਫੀ ਟਰੈਕ ਕੀਤਾ ਸੀਗਾ ਉਦੋਂ ਬਾਅਦ 'ਚੋਂ ਫਿਰ ਦੇਸੀ ਗੱਟਾ ਗਾਣਾ ਕੀਤਾ ਫਿਰ ਯਾਦਾਂ ਗਾਣਾ ਕੀਤਾ ਫਿਰ ਹੁਣ ਰੀਸੈਂਟਲੀ ਇੱਕ ਨਵਾਂ ਗਾਣਾ ਅਸੀਂ ਪਰਸੋਂ ਰਿਲੀਜ਼ ਕੀਤਾ ਜੀ ਤੂਫਾਨੀ ਜੱਟ ਉਦੋਂ ਬਾਅਦ ਦੇ ਵਿੱਚ 10 ਜਾਂ 15 ਦਿਨਾਂ ਦੇ ਵਿੱਚ ਇੱਕ ਨਵਾਂ ਗਾਣਾ ਲੈ ਕੇ ਆਵਾਂਗੇ ਕਮਲੀ ਜਿਹੜਾ ਸਪੈਸ਼ਲ ਫੋਰ ਗਰਲਸ ਦੇ ਲਈ ਹੋਏਗਾ ਉਮੀਦ ਹੈ ਤੁਸੀਂ ਉਹਨੂੰ ਪਿਆਰ ਦਿਓਗੇ ਜੀ ਸਾਰੇ ਜੀ ਹਾਂ ਸਾਰੇ ਜਣੇ ਦੇਣਗੇ ਇਹਨਾਂ ਦੇ ਗਾਣਿਆਂ ਨੂੰ ਬਹੁਤ ਜ਼ਿਆਦਾ ਪਿਆਰ ਅਸੀਂ ਇਹੋ ਹੀ ਕਾਮਨਾ ਕਰਦੇ ਹਾਂ ਸਰ ਪੁੱਛਣਾ ਚਾਹੁੰਦੇ ਹਾਂ ਸਭ ਤੋਂ ਪਹਿਲਾਂ ਸੂਫੀ ਤੋਂ ਬਾਅਦ ਇੱਕਦਮ ਜਿਹੜਾ ਹੈਗਾ ਆ ਤੁਸੀਂ ਟਰੈਕ ਬਦਲ ਲਿਆ ਆਪਣਾ ਇਹਦਾ ਮੁੱਖ ਕਾਰਨ ਕੀ ਸੀ ਮੁੱਖ ਕਾਰਨ ਐਵੇਂ ਸੀਗਾ ਜੀ ਕਿ ਮੈਂ ਇੱਧਰ ਲਾਈਨ ਦੇ ਵਿੱਚ ਆਉਣਾ ਚਾਹੁੰਦਾ ਸੀਗਾ ਕਿ ਸੂਫੀ ਨੂੰ ਬਹੁਤ ਸਾਰੇ ਲੋਕ ਨੇ ਜਿਹੜੇ ਗਾਉਂਦੇ ਨੇ ਅਤੇ ਮੈਂ ਚਾਹੁੰਦਾ ਸੀਗਾ ਕਿ ਮੈਂ ਇੱਧਰਲੀ ਲਾਈਨ ਦੇ ਵਿੱਚ ਆਵਾਂ ਆਪਣਾ ਬੀਟ ਸੌਂਗ ਵਗੈਰਾ ਮੋਸਟਲੀ ਗਾਵਾਂ ਅਤੇ ਸੂਫੀ ਵੀ ਮੈਂ ਗਾ ਲੈਂਦਾ ਵਾਂ ਅਤੇ ਉਹ ਮੇਰੀ ਖੁਰਾਕ ਹੈ ਕਿਉਂਕਿ ਅੱਜ ਕੱਲ੍ਹ ਜੋ ਜਨਤਾ ਮੰਗਦੀ ਆ ਉਹ ਵੀ ਬਹੁਤ ਜ਼ਰੂਰੀ ਹੈ ਜੀ ਉਹਦੇ ਹਿਸਾਬ ਦੇ ਨਾਲ ਜੀ ਹਾਂ ਸਾਰੇ ਸੁਣਨਾ ਚਾਹਾਂਗੇ ਇਹਨਾਂ ਤੋਂ ਜ਼ਰੂਰ ਇੱਕ ਸੂਫੀ ਗਾਣਾ ਦੱਸੋ ਭਾਅ ਜੀ ਸਾਡੀ ਸਾਰਿਆਂ ਦੀ ਇੱਕ ਫਰਮਾਇਸ਼ ਹੈ ਕਿ ਸਾਨੂੰ ਇੱਕ ਸੂਫੀ ਗਾਣਾ ਸੁਣਾਓ ਆਪਣੇ ਵਾਲੇ ਸੁਣਾਵਾਂ ਜੀ ਮੈਂ ਤੇਰੂ ਸਿਆਰੀ ਮਨਾਉਣਾ ਪੈਰਾਂ ਦੇ ਵਿੱਚ ਬਣ ਘੁੰਗਰੂ ਉਹ ਬਣ ਕਮਲੀ ਮੈਂ ਖੁਦ ਨੂੰ ਨਚਾਉਣਾ ਹੋ ਉਹ ਬਣ ਕਮਲੀ ਮੈਂ ਖੁਦ ਨੂੰ ਨਚਾਉਣਾ ਪੈਰਾਂ ਦੇ ਵਿੱਚ ਬਣ ਘੁੰਗਰੂ ਮੈਂ ਤੇਰੂ ਸਿਆਰੀ ਮਨਾਉਣਾ ਪੈਰਾਂ ਦੇ ਵਿੱਚ ਬਣ ਘੁੰਗਰੂ ਥੈਂਕ ਯੂ ਜੀ ਭਾਅ ਜੀ ਹੁਣ ਤੱਕ ਮਾਰਕੀਟ ਦੇ ਵਿੱਚ ਤੁਸੀਂ ਕਿੰਨੇ ਟਰੈਕ ਜਿਹੜੇ ਆ ਲਾਂਚ ਕਰ ਚੁੱਕੇ ਹੋ ਮੇਰੇ 4 ਟਰੈਕ ਆ ਚੁੱਕੇ ਨੇ 5ਵਾਂ ਟਰੈਕ ਮੇਰਾ ਤੂਫਾਨੀ ਜੱਟ ਹੈ ਜੀ ਉਦੋਂ ਬਾਅਦ ਦੇ ਵਿੱਚ ਵੀ ਤੁਹਾਨੂੰ ਬਹੁਤ ਸਾਰੇ ਨਵੇਂ ਨਵੇਂ ਗਾਣੇ ਸੁਣਨ ਨੂੰ ਮਿਲਣਗੇ ਤੁਸੀਂ ਇੱਦਾਂ ਹੀ ਪਿਆਰ ਦੇਣਾ ਜੀ ਸਾਰੇ ਗਾਣਿਆਂ ਨੂੰ ਜਿਵੇਂ ਪਹਿਲਾਂ ਦਿੱਤਾ ਹੈ ਭਾਅ ਜੀ ਅਗਰ ਗੱਲ ਕਰੀਏ ਇਹਨਾਂ 4 ਟਰੈਕਾਂ ਦੇ ਵਿੱਚੋਂ ਤੁਹਾਡਾ ਫੇਵਰੇਟ ਕਿਹੜਾ ਮੇਰਾ ਫੇਵਰੇਟ ਟਰੈਕ ਜੀ ਪਹਿਲਾਂ ਹੀ ਸੀਗਾ ਰੁੱਸਿਆ ਯਾਰ ਉਦੋਂ ਬਾਅਦ 'ਚੋਂ ਜਿਵੇਂ ਜਿਵੇਂ ਜਨਤਾ ਨੇ ਫਰਮਾਇਸ਼ਾਂ ਕੀਤੀਆਂ ਕਿ ਭਾਅ ਜੀ ਤੁਸੀਂ ਸਾਡੇ ਲਈ ਗਾਣੇ ਗਾਓ ਮੁੰਡਿਆਂ ਲਈ ਗਾਣੇ ਗਾਓ ਜਾਂ ਉਸ ਹਿਸਾਬ ਦੇ ਨਾਲ ਨਾਲ ਅੱਗੇ ਅੱਗੇ ਚੱਲਦੇ ਗਏ ਜੀ ਜੀ ਹਾਂ ਭਾਅ ਜੀ ਅਗਰ ਗੱਲਬਾਤ ਕਰੀਏ ਤੁਹਾਡੀ ਫੈਮਿਲੀ ਬੈਕਗ੍ਰਾਉਂਡ ਦੀ ਤੇ ਤੁਹਾਡੀ ਫੈਮਿਲੀ ਦੇ ਵਿੱਚ ਕੌਣ ਕੌਣ ਹੈ ਫੈਮਿਲੀ ਦੇ ਵਿੱਚ ਮੇਰੇ ਮੋਮ ਮੇਰੇ ਸਿਸਟਰ ਬ੍ਰਦਰ ਡੈਡ ਦੀ ਐਚਐਲ ਦੇ ਵਿੱਚ ਨਵੰਬਰ ਦੇ ਵਿੱਚ ਡੈਥ ਹੋਈ ਸੀਗੀ
ਉਹ ਹੀ ਮੈਨੂੰ ਬਹੁਤ ਜ਼ਿਆਦਾ ਪ੍ਰਮੋਟ ਕਰਦੇ ਸੀਗੇ ਫੈਮਿਲੀ ਦੇ ਵਿੱਚੋਂ। ਬਾਕੀ ਮੇਰੇ ਬ੍ਰਦਰ ਉਹ ਵੀ ਮੈਨੂੰ ਬਹੁਤ ਜ਼ਿਆਦਾ ਸਪੋਰਟ ਕਰਦੇ ਨੇ ਆਹ ਲਾਈਨ ਦੇ ਵਿੱਚ, ਦੈਨ ਫੈਮਿਲੀ ਵੱਲੋਂ ਮੈਨੂੰ ਫੁੱਲ ਸਪੋਰਟ ਹੈ ਜੀ ਆਹ ਲਾਈਨ ਦੇ ਵਿੱਚ। ਜੀ ਹਾਂ, ਭਾਅ ਜੀ ਨੂੰ ਫੈਮਿਲੀ ਵੱਲੋਂ ਹੈ ਫੁੱਲ ਸਪੋਰਟ। ਸੋ ਭਾਅ ਜੀ ਦੇ ਨਾਲ ਕੁਝ ਹੋਰ ਆਪਾਂ ਗੱਲਾਂ ਬਾਤਾਂ ਕਰਾਂਗੇ, ਭਾਅ ਜੀ ਦੀ ਪਰਸਨਲ ਲਾਈਫ ਨਾਲ ਲੈ ਕੇ। ਭਾਅ ਜੀ ਕਦੇ ਪਿਆਰ ਹੋਇਆ ਲਾਈਫ ਦੇ ਵਿੱਚ? ਹਾਂ ਯਾਰ, ਸਭ ਦੀਆਂ ਲਾਈਫ ਦੇ ਵਿੱਚ ਕਦੇ ਨਾ ਕਦੇ ਕੋਈ ਇੱਦਾਂ ਦਾ ਮੋੜ ਆਉਂਦਾ ਹੈ, ਬਟ ਉਹ ਚਲੋ ਪਰਸਨਲੀ ਗੱਲਾਂ ਨੇ, ਉਹ ਕਿਸੇ ਦਿਨ ਆਪਾਂ ਸਾਂਝੀਆਂ ਕਰਾਂਗੇ ਫਿਰ ਕਿਸੇ ਦਿਨ। ਜੀ ਹਾਂ ਭਾਅ ਜੀ ਦੇ ਨਾਲ ਫਿਰ ਕਿਸੇ ਦਿਨ ਆਪਾਂ ਗੱਲਾਂ ਸਾਂਝੀਆਂ ਕਰਾਂਗੇ। ਤੁਹਾਡਾ ਦੁਬਾਰਾ ਦਿਲ ਕਰਦਾ ਹੋਵੇਗਾ ਕਿ ਭਾਅ ਜੀ ਦਾ ਕੋਈ ਹੋਰ ਟਰੈਕ ਜਿਹੜਾ ਸੁਣੀਏ, ਭਾਅ ਜੀ ਕਿਸੇ ਟਰੈਕ ਦੇ ਦੋ ਅਲਫਾਜ਼ ਹੋਰ ਸਾਂਝੇ ਕਰੋ। ਮੈਂ ਨਵਾਂ ਗਾਣਾ ਸੁਣਾਉਂਦਾ ਜੀ, ਜਿਹੜਾ ਆਪਣਾ ਆਉਣਾ ਹੈ ਕਮੜੀ ਗਾਣਾ, ਉਹਦੀਆਂ ਇੱਕ ਦੋ ਲਾਈਨਾਂ ਤੁਹਾਡੇ ਨਾਲ ਸਾਂਝੀਆਂ ਕਰਾਂਗਾ। ਕਰਦੀ ਹਾਂ ਪਿਆਰ ਤੂੰ ਐ ਨਾ ਧੱਕਾ ਵੀ ਨਾ ਕਰੀ, ਕਿਹਦੇ ਤੇ ਕੱਢੇਗਾ ਗੁੱਸਾ ਜੇ ਸੱਜਣਾ ਗਈ ਮੈਂ ਮਰੀ, ਦੱਸ ਕਿਹਦੇ ਨਾਲ ਲੜੇਗਾ ਜਦ ਅੱਖਾਂ ਬੰਦ ਮੈਂ ਕਰ ਜੂੰਗੀ, ਇਸ ਕਮਲੀ ਦੀ ਉਦੋਂ ਤੈਨੂੰ ਘਾਟ ਰੜਕੂਗੀ, ਹਾਏ ਇਸ ਕਮਲੀ ਦੀ ਉਦੋਂ ਤੈਨੂੰ ਕਾਟ ਰੜਕੂਗੀ, ਤੈਨੂੰ ਖੁਸ਼ ਮੈਂ ਕਰਨਾ ਨਿਤ ਕੋਸ਼ਿਸ਼ਾਂ ਕਰਦੀਆਂ, ਬਦਲੇ ਵਿੱਚ ਤੇਰੀਆਂ ਮੈਂ ਸੱਜਣਾ ਝਿੜਕਾਂ ਜਰਦੀਆਂ, ਜਦ ਨਵੀਂ ਕੋਈ ਆ ਕੇ ਤੇਰੇ ਨਾਲ ਧੋਖਾ ਕਰ ਜੂਗੀ, ਇਸ ਕਮਲੀ ਦੀ ਉਦੋਂ ਤੈਨੂੰ ਕਾਟ ਰੜਕੂਗੀ, ਹੋਏ। ਥੈਂਕ ਯੂ ਜੀ। ਭਾਅ ਜੀ ਅਕਸਰ ਤੁਸੀਂ ਸਟੇਜ ਸ਼ੋਅ ਜਾਂ ਬਾਕੀ ਚੀਜ਼ਾਂ ਕਰਦੇ ਹੋਗੇ, ਉਸ ਸਮੇਂ ਕੋਈ ਇਹੋ ਜਿਹਾ ਕਿੱਸਾ ਜਿਹੜਾ ਤੁਹਾਡੇ ਨਾਲ ਵਾਪਰਿਆ ਹੋਇਆ ਜੋ ਸਾਡੇ ਦਰਸ਼ਕਾਂ ਨਾਲ ਸਮਝ ਪਾਈ ਜਾਊਗੀ? ਨੈਚੁਰਲੀ ਮੈਂ ਇਹੀ ਚੀਜ਼ ਕਹਿੰਦਾ ਹੁੰਦਾ ਕਿ ਵਧੀਆ ਗਾਇਕੀ ਨੂੰ ਪ੍ਰਮੋਟ ਕਰੋ। ਅੱਜ ਕੱਲ੍ਹ ਤੁਸੀਂ ਸੁਣਦੇ ਪਏ ਹੋਣਾ ਕਿ ਕਈ ਸਿੰਗਰਸ ਇੱਦਾਂ ਦੇ ਨੇ ਕਿ ਟਰੈਕ ਦੇ ਉੱਤੇ ਗਾਉਂਦੇ ਨੇ, ਜਿਨ੍ਹਾਂ ਨੂੰ ਯਾਰ ਆਪਣੇ ਨਹੀਂ ਗਾਣੇ ਤੁਸੀਂ ਖੁਦ ਗਾ ਸਕਦੇ ਲਾਈਵ, ਅਤੇ ਬਾਕੀਆਂ ਦੀ ਤਾਂ ਬੜੀ ਦੂਰ ਦੀ ਗੱਲ ਹੈ। ਮੈਂ ਮੋਸਟਲੀ ਲਾਈਵ ਗਾਣਾ ਪਸੰਦ ਕਰਦਾ ਵਾਂ, ਕੋਈ ਟਰੈਕ ਨਹੀਂ ਮੇਰਾ, ਲਾਈਵ ਖੁਦ ਦਾ ਲਾਈਵ ਬੈਂਡ ਆ। ਸੋ ਮੈਨੂੰ ਲਾਈਵ ਗਾ ਕੇ ਜ਼ਿਆਦਾ ਬੈਟਰ ਲੱਗਦਾ ਵਾ ਕਿ ਜਨਤਾ ਵੀ ਉਹ ਚੀਜ਼ ਨੂੰ ਪਸੰਦ ਕਰਦੀ ਆ। ਭਾਅ ਜੀ ਜੇ ਗੱਲ ਕਰ ਰਹੀ ਹੈ, ਤੁਸੀਂ ਲਾਈਵ ਤਾਂ ਗਾਉਂਦੇ ਹੋ, ਕਿਸੇ ਸਮੇਂ ਕਿਸੇ ਨੇ ਕੁਛ ਸਪੈਸ਼ਲ ਤੁਹਾਨੂੰ ਕਿਹਾ ਹੋਵੇ ਜੋ ਤੁਹਾਡੇ ਦਿਲ ਨੂੰ ਛੂਹ ਗਿਆ? ਮੋਸਟਲੀ ਲੋਕ ਅੱਜ ਕੱਲ੍ਹ ਸੁਣਦੇ ਨੇ ਗਾਇਕੀ, ਕਈ ਲੋਕ ਹੁੰਦੇ ਨੇ ਜਿਹੜੇ ਨਹੀਂ ਗਾਇਕੀ ਸੁਣਦੇ। ਸੋ ਮੈਨੂੰ ਜ਼ਿਆਦਾਤਰ ਸੂਫੀ ਟਰੈਕ ਦਾ ਹੀ ਉਹ ਆਉਂਦਾ ਹੁੰਦਾ ਕਿ ਭਾਅ ਜੀ ਮੈਨੂੰ ਕੋਈ ਸੂਫੀ ਸੋਹਣਾ ਜਿਹਾ ਗਾਣਾ ਸੁਣਾਓ, ਤਾਂ ਮੋਸਟਲੀ ਮੇਰੇ ਉਸਤਾਦ ਜੀ ਦੀ ਰਿਕੁਐਸਟ ਆਉਂਦੀ ਹੁੰਦੀ ਆ, ਕਿਉਂਕਿ ਉਹ ਗਾਣਾ ਇੱਕ ਗਾਉਂਦੇ ਹੁੰਦੇ ਨੇ ਯਾਰੀ ਲੈ ਬੈਠੀ। ਸੋ ਉਹ ਗਾਣੇ ਦੀ ਮੈਨੂੰ ਜਦੋਂ ਫਰਮਾਇਸ਼ ਆਉਂਦੀ ਹੈ ਤਾਂ ਮੈਨੂੰ ਬਹੁਤ ਅੱਛਾ ਲੱਗਦਾ ਕਿ ਮੈਂ ਆਪਣੇ ਉਸਤਾਦ ਜੀ ਦਾ ਗਾਣਾ ਇਹਨਾਂ ਦੇ ਸਾਹਮਣੇ ਨਜ਼ਰ ਕਰੂੰਗਾ। ਭਾਅ ਜੀ ਦੋ ਅਲਫਾਜ਼। ਸਭ ਤੋਂ ਪਹਿਲਾਂ ਤਾਂ ਉਸਤਾਦ ਜੀ ਨੂੰ ਮੈਂ ਪ੍ਰਣਾਮ ਕਰਾਂਗਾ ਜੀ, ਕਿਉਂਕਿ ਉਹਨਾਂ ਦਾ ਗਾਣਾ ਗਾਉਣ ਲੱਗਾ। ਸੋ ਸੁਣ ਕੇ ਸ਼ਿਕਾਰੀ ਸੁੱਟਦਾ ਜਹੜ ਜਦ ਪੰਖੂਆਂ ਤੇ, ਹਾਏ ਉੱਡ ਮੋਰ ਜਾਵੇ ਬੜਾ ਦੁੱਖ ਲੱਗਦਾ, ਹੋ ਗੁੱਡੀ ਅੱਧੀ ਅਸਮਾਨੀ ਚੜੀ ਹੋਵੇ, ਟੁੱਟ ਡੋਰ ਜਾਵੇ ਬੜਾ ਦੁੱਖ ਲੱਗਦਾ, ਕੀਤੀ ਮਿਹਨਤ ਨਾਲ। ਭਾਅ ਜੀ ਜੇ ਗੱਲਬਾਤ ਕਰੀਏ ਤੁਹਾਡੇ ਫੇਵਰੇਟ ਕਲਰ ਦੀ, ਫੇਵਰੇਟ ਫਰੂਟ ਦੀ, ਤਾਂ ਉਹ ਕਿਹੜੇ ਭਾਅ ਜੀ? ਮੋਸਟਲੀ ਮੈਂ ਕਦੀ ਵੀ ਖਾਣ ਪੀਣ ਲੱਗੇ ਤਾਂ ਕਦੀ ਇਹ ਨਹੀਂ ਸੋਚਦਾ ਹੁੰਦਾ ਕਿ ਜੀ ਆਹ ਮੇਰਾ ਫੇਵਰੇਟ ਆ ਜਾਂ ਉਹ ਫੇਵਰੇਟ ਆ, ਮੈਂ ਖਾ ਸਭ ਕੁਛ ਲੈਂਦਾ ਜੀ, ਕਦੀ ਕੋਈ ਨਖਰਾ ਨਹੀਂ ਕੀਤਾ ਖਾਣ ਲੱਗੇ। ਸੋ ਕਲਰ ਮੇਰਾ ਬਲੈਕ ਅਤੇ ਵਾਈਟ ਫੇਵਰੇਟ ਹੈ ਜੀ। ਜੀ ਹਾਂ, ਦੇਸ਼ ਵਿਦੇਸ਼ ਦੇ ਵਿੱਚ ਵਸਦੇ ਹੋਏ ਪੰਜਾਬੀ ਉਹ ਦੇਖ ਲਓ ਭਾਅ ਜੀ ਦਾ ਕਲਰ ਜਿਹੜਾ ਹੈਗਾ ਉਹ ਵਾਈਟ ਕਲਰ ਪੂਰਾ ਪਸੰਦ ਹੈ, ਵਾਈਟ ਨਾ
ਵਾਈਟ ਤੇ ਬਲੈਕ ਓਕੇ ਵਾਈਟ ਤੇ ਬਲੈਕ ਕਲਰ ਪਸੰਦ ਹੈ ਭਾਜੀ ਨੂੰ ਤਾਂ ਸੋ ਦੋਸਤੋ ਯਾਦ ਰੱਖਣਾ ਜਦੋਂ ਵੀ ਭਾਜੀ ਨੂੰ ਮਿਲਣਾ ਵਾਈਟ ਤੇ ਬਲੈਕ ਕਲਰ ਦਾ ਹੀ ਗਿਫਟ ਭਾਜੀ ਨੂੰ ਗਿਫਟ ਕਰਨਾ ਭਾਜੀ ਅਗਰ ਇੰਟਰਨੈਸ਼ਨਲ ਲੈਵਲ ਦੇ ਉੱਤੇ ਤੁਸੀਂ ਦੇਣਾ ਹੋਵੇ ਕੋਈ ਮੈਸੇਜ ਤਾਂ ਕੀ ਦੇਵੋਗੇ ਸਭ ਨੂੰ ਮੈਂ ਇਹੀ ਕਹਿਣਾ ਚਾਹੁੰਦਾ ਕਿ ਵਧੀਆ ਗਾਇਕੀ ਨੂੰ ਪ੍ਰਮੋਟ ਕਰਿਆ ਕਰੋ ਅੱਜ ਦੇ ਤੁਸੀਂ ਮਾਹੌਲ ਨੂੰ ਦੇਖਦੇ ਪਏ ਹੋ ਕਿ ਕਿਵੇਂ ਕਿਵੇਂ ਦੇ ਬੰਦਿਆਂ ਨੂੰ ਲੋਕ ਪ੍ਰਮੋਟ ਕਰਦੇ ਪਏ ਆ ਸੋ ਮੇਰੇ ਉਸਤਾਦ ਜੀ ਵੀ ਕਹਿੰਦੇ ਹੁੰਦੇ ਸੀਗੇ ਇੱਕ ਗੱਲ ਮੈਨੂੰ ਥੋੜ੍ਹੇ ਦਿਨ ਪਹਿਲਾਂ ਹੀ ਉਹਨਾਂ ਨੇ ਦੱਸਿਆ ਸੀਗਾ ਕਹਿੰਦੇ ਕਿ ਪਹਿਲਾਂ ਗਾਇਕੀ ਹੁੰਦੀ ਸੀਗੀ ਰਾਜੇ ਮਹਾਰਾਜਿਆਂ ਦੇ ਜਦੋਂ ਹਵੇਲੀ ਦੇ ਵਿੱਚ ਗਾਇਕੀ ਚੱਲਦੀ ਹੁੰਦੀ ਸੀਗੀ ਅਤੇ ਉਦੋਂ ਲੋਕ ਇਹ ਨਹੀਂ ਦੇਖਦੇ ਹੁੰਦੇ ਸੀਗੇ ਕਿ ਇਸ ਬੰਦੇ ਦੀ ਪਰਸਨੈਲਿਟੀ ਹੈਗੀ ਆ ਜਾਂ ਨਹੀਂ ਹੈਗੀ ਸੋ ਉਦੋਂ ਬੰਦਾ ਧੁਨੀ ਦੇ ਜ਼ੋਰ ਦੇ ਉੱਤੇ ਗਾਉਂਦਾ ਹੁੰਦਾ ਸੀਗਾ ਕਿ ਸਾਰੀ ਹਵੇਲੀ ਦੇ ਵਿੱਚ ਆਵਾਜ਼ ਗੂੰਜੇ ਉਦੋਂ ਬਾਅਦ ਉਹ ਆ ਗਈ ਗਾਇਕੀ ਪੇਟ ਤੋਂ ਜੀ ਪੇਟ ਤੋਂ ਬੰਦਾ ਜ਼ੋਰ ਲਾ ਕੇ ਗਾ ਰਿਹਾ ਫਿਰ ਹੌਲੀ ਹੌਲੀ ਇੱਕ ਦੇ ਜ਼ੋਰ ਦੇ ਨਾਲ ਬੰਦਾ ਗਾਉਣ ਲੱਗ ਗਿਆ ਫਿਰ ਪਾਕਿਸਤਾਨ ਤੋਂ ਇੱਕ ਮੈਨੂੰ ਹੁਣ ਨਾਮ ਨਹੀਂ ਯਾਦ ਆ ਰਿਹਾ ਉਹ ਨੱਕ ਦੇ ਵਿੱਚੋਂ ਆਵਾਜ਼ ਕੱਢ ਕੇ ਗਾਉਂਦੇ ਸੀਗੇ ਫਿਰ ਲੋਕ ਗਲੇ ਤੋਂ ਗਾਉਣ ਲੱਗ ਗਏ ਜੀ ਹੁਣ ਟਾਈਮ ਇੱਦਾਂ ਦਾ ਆ ਗਿਆ ਜੀ ਲੋਕ ਦਿਮਾਗ ਤੋਂ ਗਾਉਂਦੇ ਨੇ ਮੇਰਾ ਇਹ ਕਹਿਣਾ ਵਾ ਕਿ ਜਿਹੜੇ ਦਿਮਾਗ ਤੋਂ ਗਾਉਂਦੇ ਨੇ ਮੋਸਟਲੀ ਮੈਂ ਅੱਜ ਤਾਂ ਉਹੀ ਦੇਖ ਰਿਹਾ ਵਾਂ ਕਿ ਉਹੀ ਬੰਦਿਆਂ ਦੀ ਚੜ੍ਹਾਈ ਆ ਲੋਕ ਉਹਨਾਂ ਨੂੰ ਪ੍ਰਮੋਟ ਵੱਧ ਕਰਦੇ ਪਏ ਨੇ ਸੋ ਵਧੀਆ ਗਾਇਕੀ ਨੂੰ ਪ੍ਰਮੋਟ ਕਰਿਆ ਕਰੋ ਮੈਂ ਇਹੀ ਕਹਿਣਾ ਚਾਹੁੰਦਾ ਜੀ ਕਿ ਜਿਹੜੇ ਬੰਦੇ ਮਿਹਨਤ ਕਰਦੇ ਨੇ ਉਹਨਾਂ ਨੂੰ ਅੱਗੇ ਲੈ ਕੇ ਆਓ ਅਤੇ ਜਿਹੜੇ ਬੰਦੇ ਮਿਹਨਤ ਨਹੀਂ ਕਰਦੇ ਉਹਨਾਂ ਦਾ ਰੱਬ ਰੱਖਾ ਜੀ ਜੀ ਹਾਂ ਭਾਅ ਜੀ ਦਾ ਇਹੋ ਹੀ ਕਹਿਣਾ ਜਿਹੜੇ ਬੰਦੇ ਮਿਹਨਤ ਕਰਦੇ ਨੇ ਉਹਨਾਂ ਨੂੰ ਅੱਗੇ ਲੈ ਕੇ ਆਓ ਅਤੇ ਭਾਅ ਜੀ ਦਾ ਜਿਹੜਾ ਟਰੈਕ ਹੈ ਭਾਅ ਜੀ ਜਿਹੜਾ ਭਾਅ ਜੀ ਦਾ ਟਰੈਕ ਹੈ ਉਹ ਜ਼ਰੂਰ ਸੁਣੋ ਭਾਅ ਜੀ ਦੇ ਟਰੈਕ ਦਾ ਨਾਮ ਹੈ ਤੂਫਾਨੀ ਜੱਟ ਜੀ ਹਾਂ ਆਪਣੇ ਯੂਟਿਊਬ ਚੈਨਲ ਦੇ ਉੱਤੇ ਤੂਫਾਨੀ ਜੱਟ ਨੂੰ ਓਪਨ ਕਰੋ ਜਲਦੀ ਤੋਂ ਜਲਦ ਇਹਨੂੰ ਸ਼ੇਅਰ ਕਰੋ ਲਾਈਕ ਕਰੋ ਅਤੇ ਜ਼ਿਆਦਾ ਤੋਂ ਜ਼ਿਆਦਾ ਇਹਨਾਂ ਦੀ ਫੈਨ ਫੋਲੋਇੰਗ ਵਧਾਓ ਕਿਉਂਕਿ ਭਾਅ ਜੀ ਵਰਗੇ ਜਿਹੜੇ ਸਿੰਗਰ ਹੈ ਜਲਦੀ ਪੈਦਾ ਨਹੀਂ ਹੁੰਦੇ ਸੋ ਧੰਨਵਾਦ ਦੋਸਤੋ